बिखियन स्यों काहे रच्यो, निमख न होए उदास। कहो नानक भज हरमना, परै न जम की फास। जिन्ने वाला फेर नाले ने सारे मायाधारी ने माया ना रचे ने डेरेदार ने ਸਿੱਖਿਆ ਦੱਸਿਓ ਕਾਹੇ ਰਚੇ ਉਹਨਾਂ ਨੂੰ ਹਟਾਇਆ ਮਾਲ ਵਾਲਿਆਂ ਤੇ ਅਟੈਕ ਹੈ ਅਸਲ ਦੇ ਵਿੱਚ ਕੀਤਾ ਹੋਇਆ ਇਹ ਕਿਉਂ ਵਾਹਿਗੁਰੂ ਕਰਨ ਵਾਲਿਆਂ ਤੇ ਅਟੈਕ ਹੈ ਜਿਹੜੇ ਮੂੰਹ ਦੇ ਵਿੱਚ ਹੈ ਉਹਨਾਂ ਦੇ ਤਾਂ ਐਂ ਕਿਹਾ ਵੀ ਮੂੰਹ ਹੈ ਰਾਮ ਮਨ ਮੇ ਹੈ ਰਾਵਣ ਮੂੰਹ 'ਚ ਰਾਮ ਹੈ ਮਨ 'ਚ ਰਾਵਣ ਉਹ ਮੂੰਹ ਦੇ ਵਿੱਚ ਨਹੀਂ ਚਾਹੀਦਾ ਸੀ ਅੰਦਰ ਚਾਹੀਦਾ ਸੀ ਵਾਹਿਗੁਰੂ ਗੁਰੂ ਅੰਦਰ ਚਾਹੀਦਾ ਤੇ ਅੰਦਰ ਚੱਲਣਾ ਤਾਂ ਹੁੰਦਾ ਜੇ ਗਿਆਨ ਗੁਰੂ ਅੰਦਰ ਹੁੰਦਾ ਤਾਂ ਚਾਨਣਾ ਹੁੰਦਾ ਚਾਨਣ ਦਾ ਅੰਦਰ ਕਰਨਾ ਸੀ ਇਹ ਵਾਹਿਗੁਰੂ ਬਾਹਰ ਨੂੰ ਕੱਢਦੇ ਨੇ ਤੁਸੀਂ ਤਾਂ ਇੱਕ ਘੜੀ ਦਿਵਖ ਵਾਸਤੇ ਵੀ ਵਿਖਿਆ ਨਹੀਂ ਛੱਡਦੇ ਇਹ ਤੋਂ ਉਹਦਾ ਪਰ ਆਸ ਨਹੀਂ ਲੈ ਕੇ ਜਾਂਦੇ ਇਹ ਤੋਂ ਸਾਰਾ ਦਿਨ ਡੇਰੇ ਦਾ ਹੀ ਫਿਕਰ ਰਹਿੰਦਾ ਕਬੀਰ ਚੇਲੇ ਬਹੁ ਕੀਏ ਕੇਸੋ ਕੀ ਉਹਨੂੰ ਬੀਤ ਕੇਸੋ ਨੂੰ ਤਾਂ ਮਿੱਤਰੇ ਨਹੀਂ ਬਣਾਇਆ ਆਪਣੇ ਮੂਲ ਨਾਲ ਤਾਂ ਮਿੱਤਰਤਾ ਹੀ ਨਹੀਂ ਕੀਤੀ ਚਾਲੇ ਤੇ ਹਰ ਮੇਲ ਕੋ ਵਿੱਚੇ ਅੜ ਕੇ ਚੀਤ ਜਿੱਤਾ ਤੁਹਾਡਾ ਪਰਪੰਚ ਬਣਾ ਲਿਆ ਵਿੱਚ ਅੜ ਗਿਆ ਤੇ ਮਾਲ ਵਾਲਿਆਂ ਦਾ ਜਿੱਤ ਵਿੱਚ ਅੜ ਗਿਆ ਹੋਇਆ ਇਹਨਾਂ ਨੂੰ ਕਿਹਾ ਹੋਇਆ ਨਾ ਮਾਲ ਵਾਲਿਆਂ ਨੂੰ ਇਹਨਾਂ ਦਾ ਖਲਾਉਣਾ ਬਣਿਆ ਹੋਇਆ ਰਾਮ ਲੋਕਾਂ ਰਾਮ ਖਲਾਉਣਾ ਜਾਣ ਨਿਮਕਲਾ ਹੋਏ ਉਦਾਸ ਕਹੋ ਨਾਨਕ ਭਜ ਹਰਮਨ ਹਰ ਨਾਲ ਜੁੜ ਜਾ ਆਪਣੇ ਮਨ ਨੂੰ ਕਿਹਾ ਆਪਣੇ ਬੋਲ ਨਾਲ ਜੁੜ ਜਾ ਪਰ ਇਹਨਾਂ ਜਮ ਕੀ ਫਾਸ ਜਮਦਾ ਫੰਦਾ ਤੇਰੇ ਗਲ 'ਚ ਨਹੀਂ ਪੈ ਸਕਦਾ ਉੱਥੇ ਜਮਕਾ ਫੰਦਾ ਨਹੀਂ ਜਾਂਦਾ ਉੱਥੇ ਜਮਕੀ ਫਾਸ ਨਹੀਂ ਜਾਂਦੀ ਜਦ ਨਹੀਂ ਫੜ ਸਕਦਾ ਤੈਨੂੰ ਜੇ ਬੋਲਣਾ ਜੁੜ ਜਵੇ ਜਿੱਥੇ ਤੇਰਾ ਹਰ ਹੈ ਉੱਥੇ ਉਹਦੇ ਚਲਣਾ ਚਲ ਵਾਸ ਕਰਦਾ ਉੱਥੇ ਜਮਕਾ ਡੰਡਾ ਨਹੀਂ ਹੁੰਦਾ ਜਮਦਾ ਡੰਡਾ ਤਾਂ ਉਹਦੇ ਹੱਥ 'ਚ ਹੈ ਫੜਦੇ ਹੀ ਹੱਥ 'ਚ ਹੈ ਜਮਦਾ ਡੰਡਾ ਹਾਂਜੀ ਠੀਕ ਹੈ ਜੀ ਜਮਕੀ ਫਾਸ ਦਾ ਭਾਵ ਹੈ ਵੀ ਭਰਮ ਦੂਰ ਹੋ ਜਾਏਗਾ ਭਰਮ ਦੂਰ ਹੋ ਗਿਆ ਜਮਣ ਵਾਲਾ ਦੂਰ ਹੋ ਗਿਆ ਜਮਣ ਵਾਲਾ ਦਾ ਭਰਮ ਜਮਣ ਵਾਲਾ ਦਾ ਭਰਮ ਗਿਆ ਗੁਰਸਾਖੀ ਜਾਗੀ ਠੀਕ ਹੈ ਜੀ ਇੱਥੇ ਦੂਸਰੇ ਸ਼ਲੋਕ ਦੀ ਸਮਾਪਤੀ ਹੈ ਜੀ ਹਾਂਜੀ